ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀ ਵੀ। ਮੈਂ ਮਨਪ੍ਰੀਤ ਸਿੰਘ ਆਜ਼ਾਦ। ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਵੱਖ ਵੱਖ ਥਾਵਾਂ 'ਤੇ ਛਬੀਲਾਂ ਲਗਾਈਆਂ ਜਾਂਦੀਆਂ ਹਨ। ਨਿਹੰਗ ਸਿੰਘਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਸਰਦਾਈਆਂ ਦੇ ਅੱਡੇ ਵੀ ਲਗਾਏ ਗਏ ਹਨ ਅਤੇ ਲੋਕਾਂ ਨੂੰ ਸਰਦਾਈ ਵੀ ਪਿਆਈ ਜਾਂਦੀ ਹੈ ਅਤੇ ਜਿਹੜੇ ਹਨ ਲੋਕ ਕੋਲਡ ਡਰਿੰਕ ਨੂੰ ਛੱਡ ਕੇ ਸਰਦਾਈ ਵੱਲ ਜਾ ਰਹੇ ਹਨ। ਇੱਕ ਰਾਹ ਦੇ ਉੱਤੇ ਅੰਮ੍ਰਿਤਸਰ ਦੇ 10-10 ਜਿਹੜੇ ਅੱਡੇ ਲੱਗੇ ਨਜ਼ਰ ਆ ਰਹੇ ਹਨ ਅਤੇ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਹਨ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਰਦਾਈਆਂ ਦੇ ਅੱਡੇ ਲੱਗੇ ਹਨ, ਕੀ ਕਹਿਣਾ ਚਾਹੋਗੇ? ਅੰਮ੍ਰਿਤਸਰ ਸਵਾਗਤੀ ਗੇਟ ਦੇ ਕੋਲ ਹੀ ਤੁਹਾਡਾ ਅੱਡਾ ਲੱਗਾ। ਹਾਂਜੀ ਵਾਹਿਗੁਰੂ ਜੀ, ਇਸ ਤਰ੍ਹਾਂ ਵਾ ਕਿ ਆਪਾਂ ਇਸ ਕਰਕੇ ਲਾਏ ਆ ਕਿ ਹੁਣ ਤੱਕ ਜਿੰਨੇ ਵੀ ਬੱਚੇ ਆ ਜਾਂ ਬਜ਼ੁਰਗ ਆ ਜਾਂ ਨੌਜਵਾਨੀ ਆ, ਉਹ ਸਾਰੀ ਕੋਲਡ ਡਰਿੰਕ ਸੋਫਟ ਡਰਿੰਕ ਵੱਲ ਹੋ ਗਈ ਆ ਅਤੇ ਉਹ ਜਿਹੜੀ ਚੀਜ਼ ਆ ਉਹ ਇੱਕ ਇਹੋ ਜਿਹੀ ਸਵੀਟ ਪੋਇਜ਼ਨ ਜ਼ਹਿਰ ਆ ਕਿ ਹੌਲੀ ਹੌਲੀ ਸਰੀਰ ਨੂੰ ਖਰਾਬ ਕਰਦਾ। ਉਹਦੇ ਨਾਲ ਬਲੱਡ ਕੈਂਸਰ, ਕੈਂਸਰ, ਸ਼ੂਗਰ, ਹੱਡੀਆਂ ਖੋਰਦੀ ਆ ਉਹ ਚੀਜ਼ਾਂ, ਅਤੇ ਇਸ ਕਰਕੇ ਉਹਨਾਂ ਤੋਂ ਛੁਟਕਾਰਾ ਦਵਾਉਣ ਵਾਸਤੇ ਸਾਨੂੰ ਇਹ ਸਰਦਾਈਆਂ ਲਾਉਣੀਆਂ ਪੈ ਰਹੀਆਂ ਵਾ ਕਿ ਚੰਗੀ ਸਿਹਤ ਰਵੇ, ਚੰਗੀ ਸਿਹਤ ਰਹੂਗੀ। ਪਹਿਲਾ ਸੁੱਖ ਨਿਰੋਗੀ ਕਾਇਆ, ਦੂਜਾ ਸੁੱਖ ਜੇਬ ਮੇ ਮਾਇਆ। ਅਤੇ ਆਪਣਾ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਬਾਬਾ ਜੀ ਪਾਈਆਂ ਜਾਂਦੀਆਂ ਅਤੇ ਲੋਕਾਂ ਨੂੰ ਕੀ ਪਰੋਸ ਕੇ ਦਿੱਤਾ ਜਾਂਦਾ ਇਹਦੇ ਵਿੱਚ ਪਾ ਕੇ? ਹਾਂਜੀ ਵਾਹਿਗੁਰੂ ਜੀ, ਇਹ ਬੜਾ ਦੱਸਣਾ ਜ਼ਰੂਰੀ ਆ ਕਿਉਂਕਿ ਇਹ ਇੱਕ ਡਰਾਈ ਫਰੂਟ ਦਾ ਜੂਸ ਆ। ਡਰਾਈ ਫਰੂਟ ਇਹਦੇ ਵਿੱਚ ਕਾਜੂ, ਬਦਾਮ, ਗਿਰੀਆਂ, ਫਿਰ ਉਸ ਤੋਂ ਬਾਅਦ ਚਾਦਰਾਂ ਦੇ ਮਗਜ਼ ਆ, ਕਾਲੀ ਮਿਰਚ ਆ, ਹਰੀ ਇਲਾਚੀ ਆ, ਗੁਲਾਬ ਦੇ ਫੁੱਲ ਆ, ਦੁੱਧ ਆ, ਜਲ ਆ, ਫਿਰ ਅਰਦਾਸਾ ਬਿੰਦਾ ਸੋਧਿਆ ਜਾਂਦਾ ਸਰਬੱਤ ਦੇ ਭਲੇ ਵਾਸਤੇ, ਉਹ ਤਾਂ ਇੱਕ ਵੱਖਰੀ ਤੁਹਾਨੂੰ ਪਤਾ ਹੋ ਜਾਂਦਾ। ਫਿਰ ਇਸ ਕਰਕੇ ਇਹ ਚੀਜ਼ਾਂ ਨਾ ਪਰੋਸ ਕੇ ਇਹ ਪਰੋਸਿਆ ਜਾਂਦਾ, ਇਹਦਾ ਡਰਾਈ ਫਰੂਟ ਦਾ ਜੂਸ ਬਣਾਇਆ ਜਾਂਦਾ ਅਤੇ ਇਹਨੂੰ ਖਾਲਸਾ ਐਨਰਜੀ ਡਰਿੰਕ ਨਾਂ ਦਿੱਤਾ ਗਿਆ ਵਾ। ਅੰਮ੍ਰਿਤਸਰ ਦੇ ਵਿੱਚ ਆਸ ਪਾਸ ਬਹੁਤ ਸਾਰੇ ਅੱਡੇ ਸਰਦਾਈਆਂ ਦੇ ਲੱਗੇ ਆ, ਜਿਹੜੇ ਨਿਹੰਗ ਸਿੰਘ ਨਹੀਂ ਵੀ ਆ ਉਹ ਵੀ ਸਰਦਾਈਆਂ ਵੇਚ ਰਹੇ ਆ, ਉਹਨਾਂ ਦੇ ਵਿੱਚ ਜਾਂ ਤੁਹਾਡੀ ਸਰਦਾਈ ਵਿੱਚ ਕੁਝ ਫਰਕ ਹੈਗਾ? ਹਾਂਜੀ, ਫਰਕ ਤਾਂ ਇਸ ਤਰ੍ਹਾਂ ਵਾ ਕਿ ਫਰਕ ਇਹ ਜਿਹੜਾ ਆਪਣਾ ਗਾਹਕ ਆ ਉਹ ਦੱਸੂਗਾ, ਸੰਗਤ ਦੱਸੂਗੀ ਪੀ ਕੇ। ਜਿਹੜੇ ਨਿਹੰਗ ਸਿੰਘ ਉਹ ਮਰਿਆਦਾ ਦੇ ਨਾਲ ਸਰਦਾਈਆਂ ਲਾਉਂਦੇ ਆ, ਦੂਸਰਾ ਨੰਬਰ 'ਤੇ ਉਹਨਾਂ ਨੂੰ ਰਸਤਾ ਦਾ ਪਤਾ ਵਾ ਕਿਹੜੀ ਮਾਤਰਾ 'ਚ ਕਿੰਨੀ ਕਾਲੀ ਮਿਰਚ ਰੱਖੀ ਜਾਣੀ ਆ, ਕਿੰਨਾ ਬਦਾਮ, ਗਿਰੀਆਂ ਪਾਈਆਂ ਜਾਣੀਆਂ, ਕਿਉਂਕਿ ਗਰਮੀ ਦਾ ਮੌਸਮ ਆ, ਇਹਦੀ ਰਗੜਾਈ ਪੂਰੀ ਹੋਣੀ ਚਾਹੀਦੀ ਆ। ਆਮ ਬੰਦਾ ਵਾ ਉਹਨੂੰ ਨਹੀਂ ਪਤਾ, ਲਾ ਕੇ ਤਾਂ ਜ਼ਰੂਰ ਬੈਠੇ ਆ, ਪਰ ਨਿਹੰਗ ਸਿੰਘਾਂ ਨੂੰ ਇਹ ਗੁਰੂ ਸਾਹਿਬ ਨੇ ਬਖਸ਼ੀਆਂ ਵਾ, ਇਹ ਨਿਹੰਗ ਸਿੰਘ ਹੀ ਲਾ ਸਕਦੇ ਆ ਅਸਲ 'ਚ। ਹਾਂਜੀ, ਇਹ ਜਿਹੜੀ ਰਗੜਾਈ ਕੀਤੀ ਜਾਂਦੀ, ਰਗੜੀ ਜਾਂਦੀ ਸਰਦਾਈ, ਇਹ ਮਿਕਸੀ ਦੇ ਵਿੱਚ ਕੀਤੀ ਜਾਂਦੀ ਜਾਂ ਰਗੜਾ ਲਾਇਆ ਜਾਂਦਾ ਆਪ? ਹਾਂਜੀ, ਇਸ ਤਰ੍ਹਾਂ ਵਾ ਕਿ ਇਹ ਜਿਹੜੀ ਰਗੜਾਈ ਆ ਇਹ ਆਪਾਂ ਹੱਥ ਨਾਲ ਹੀ ਲਾਉਂਦੇ ਹਾਂ ਸਾਰੀ ਰਗੜਾ। ਜਿਹੜੀ ਮਿਕਸੀ ਦੇ ਵਿੱਚ ਤੁਸੀਂ ਕਹਿੰਦੇ ਹੋ, ਮਿਕਸੀ ਦੇ ਵਿੱਚ ਇਹਨੂੰ ਦੜਫੜ ਕੀਤਾ ਜਾਂਦਾ ਵਾ ਜ਼ਿਆਦਾ, ਕਿਉਂਕਿ ਜ਼ਿਆਦਾ ਸਾਡੇ ਘੱਟੋ ਘੱਟ ਹੀ 400-500 ਗਲਾਸ ਲੱਗਣਾ ਹੁੰਦਾ ਵਾ, ਇਹਨੂੰ ਦੜਫੜ ਕੀਤਾ ਜਾਂਦਾ। ਦੜਫੜ ਕਰਨ ਦੇ ਨਾਲ ਸਾਨੂੰ ਥੋੜ੍ਹਾ ਜਿਹਾ ਸੁੱਖ ਮਿਲ ਜਾਂਦਾ ਵਾ, ਸੌਖਾ ਹੋ ਜਾਂਦਾ ਕੰਮ, ਅਤੇ ਫਿਰ ਬਾਕੀ ਸਾਰੀ ਰਗੜਾਈ ਸੁਨਹਿਰਾ ਸਲੋਤਰ ਜੂੰ। ਕਿੰਨੇ ਕੁ ਲੋਕ ਰੋਜ਼ ਇੱਥੇ ਆ ਕੇ ਤੁਹਾਡੇ ਕੋਲ ਸਰਦਾਈ ਪੀਂਦੇ ਆ? ਜੇ ਆਪਾਂ ਇਸ ਤਰ੍ਹਾਂ ਗੱਲ ਕਰੀਏ, ਸਾਰੇ ਗਲਾਸ 30 ਵਾਲਾ ਅਤੇ 50 ਵਾਲਾ ਗਲਾਸ ਸਾਡੇ ਕੋਲ ਹੁੰਦਾ ਵਾ, 400-500 ਗਲਾਸ ਲੱਗ ਜਾਂਦਾ ਵਾ ਡੇਲੀ ਦਾ। 400-500 ਗਲਾਸ ਰੋਜ਼ ਲੱਗ ਜਾਂਦਾ? ਕਿੰਨੇ ਦਾ ਗਲਾਸ ਇਹ ਵੇਚਦੇ ਹੋ ਤੁਸੀਂ, ਦਿੰਦੇ ਹੋ? ਗਲਾਸ ਦੀ ਕੀਮਤ ਆਪਾਂ ਬੜੀ ਘੱਟ ਰੱਖੀ ਆ, ਆਪਾਂ 30 ਰੁਪਈਏ ਅਤੇ 50 ਰੁਪਈਏ ਰੱਖੀ ਆ। ਜਿਸ ਤਰ੍ਹਾਂ ਕੋਲਡ ਡਰਿੰਕ ਲੋਕ ਵੇਚਦੇ ਆ, ਉਹ ਤੁਸੀਂ ਵੇਖਣ ਇੱਕ ਗੋਲੀ ਵਾਲੀ ਬੋਤਲ ਵੇਚਦੇ 30 ਰੁਪਈਏ, ਨਿੰਬੂ ਪਾ ਕੇ ਇੱਕ, ਹੈ ਨਾ, 10-10 ਰੁਪਏ ਦੀ ਆਉਂਦੀ ਸਾਰੀ, ਉਹ 30 ਰੁਪਏ ਦੇ ਵੇਚਦੇ ਆ। ਅਤੇ ਆਪਾਂ ਉਸ ਹਿਸਾਬ ਨਾਲ ਇੱਕ 30 ਰੁਪਏ ਦਾ ਗਲਾਸ ਅਤੇ ਇੱਕ 50 ਰੁਪਏ ਦਾ ਗਲਾਸ ਰੱਖਿਆ, ਬਾਟਾ ਵੱਡਾ ਹੁੰਦਾ ਵਾ 100 ਰੁਪਏ ਦਾ ਸਾਡੇ ਕੋਲ, ਅਤੇ ਇਸ ਕਰਕੇ ਤਿੰਨ ਤਰ੍ਹਾਂ ਦੇ ਆਪਾਂ ਇਹਦੇ ਵਿੱਚ ਪ੍ਰਾਈਸ ਰੇਟ ਰੱਖੇ ਆਪਾਂ। ਜਿਹੜੇ ਮੁੰਡੇ ਜਿੰਮ ਜਾਂਦੇ ਆ ਉਹ ਵੀ ਸਰਦਾਈ ਪੀਣ ਆਉਂਦੇ ਤੁਹਾਡੇ ਕੋਲ? ਬਿਲਕੁਲ ਬਿਲਕੁਲ ਜੀ, ਜਿੰਮ ਵਾਲਿਆਂ ਨੂੰ ਜ਼ਿਆਦਾ ਪਤਾ ਵਾ, ਜਿੰਮ ਵਾਲਿਆਂ ਨੂੰ ਇਸ ਕਰਕੇ ਜ਼ਿਆਦਾ ਪਤਾ, ਉਹਨਾਂ ਨੂੰ ਪਤਾ ਵਾ ਕਿ ਇਹ ਡਰਾਈ ਫਰੂਟ ਦਾ ਜੂਸ ਆ, ਇਹਨੇ ਇਮਿਊਨਿਟੀ ਅੰਦਰੋਂ ਤਾਕਤ ਦੇਣੀ, ਇਮਿਊਨਿਟੀ ਵਧਾਉਣੀ ਆ, ਉਹ ਜ਼ਿਆਦਾ ਛੱਕਦੇ ਆਪਣੇ ਕੋਲ। ਜਿੰਮ ਵਾਲੇ ਬਹੁਤ ਆ ਰਹੇ ਆ, ਜਿੰਮ ਵਾਲੇ ਉਹ ਤਾਂ ਸਪੈਸ਼ਲ ਜਦੋਂ ਆਉਂਦੇ ਆ ਫੋਨ ਕਰਦੇ ਸਾਨੂੰ ਕਿ ਸਾਡੇ ਵਾਸਤੇ ਸਪੈਸ਼ਲ ਵੱਖਰੀ ਲਾ ਕੇ ਦਿਓ ਸਰਦਾਈ, ਸਾਨੂੰ ਰਸਤਾਂ 'ਤੇ 100 ਰੁਪਇਆ ਭਾਵੇਂ ਵੱਧ ਲੈ ਲਿਓ, ਆਪਾਂ ਪੈਸੇ ਵੱਧ ਦਿੰਦਾਂਗੇ, 200-250 ਰੁਪਇਆ ਦੇ ਕੇ ਅਤੇ ਉਹ 2-2 ਗਲਾਸ ਛੱਕ ਕੇ ਜਾਂਦੇ ਆ, ਉਹਨਾਂ ਦਾ ਤਾਂ ਵਧੀਆ, ਬਹੁਤ ਵਧੀਆ ਚੜ੍ਹਦੀ ਕਲਾ ਵਾ। ਗਰਮੀਆਂ ਦਾ ਤਾਂ ਇਹ ਤੋਹਫ਼ਾ ਬਾਬਾ ਜੀ, ਸਿਆਲ ਦੇ ਵਿੱਚ ਕੀ ਦਿੱਤਾ ਜਾਂਦਾ? ਹਾਂਜੀ, ਸਿਆਲ ਵਾਸਤੇ ਵੀ ਇਸ ਤਰ੍ਹਾਂ ਵਾ ਕਿ ਸਿਆਲ ਵਾਸਤੇ ਵੀ ਸਰਦਾਈਆਂ ਆਪਾਂ ਕਰਾਂਗੇ, ਉਹਦੇ ਵਿੱਚ ਮਾਘ, ਫਿਰ ਮਾਘ ਲੌਂਗ ਪੈ ਜਾਂਦੇ ਆ, ਉਹ ਫਿਰ ਥੋੜ੍ਹਾ ਗਰਮ ਹੋ ਜਾਂਦਾ ਵਾ,
ਤੇ ਉਹ ਵੀ ਸਰਦਾਈਆਂ ਵੀ ਪੀਤੀਆਂ ਜਾਂਦੀਆਂ, ਸਿਆਲ 'ਚ ਵੀ ਪੀਤੀਆਂ ਜਾਂਦੀਆਂ ਵਾ। ਅਤੇ ਉਸ ਤੋਂ ਬਾਅਦ ਅਸੀਂ ਤੜਕੇ ਵਾਲੀ ਚਾਹ ਡਰਾਈ ਫਰੂਟ ਦੀ ਤੜਕਾ ਲਾ ਕੇ ਦੇਸੀ ਘਿਓ ਨਾਲ ਉਹ ਚਾਹ ਸਟਾਰਟ ਕਰਾਂਗੇ। ਹੋਰ ਇਸ ਤਰ੍ਹਾਂ ਦੇ ਕੰਮ ਆਪਣੇ ਕੋਲ ਹੋਰ ਹੈਗੇ ਆ, ਜਿਸ ਤਰ੍ਹਾਂ ਲੋਕ ਅੱਜ ਕੱਲ੍ਹ ਚਾਈਨੀਜ਼ ਫੂਡ ਬੜਾ ਖਾਂਦੇ ਆ, ਜਿਸ ਤਰ੍ਹਾਂ ਮੰਨ ਲਓ ਕਿ ਮੋਮੋਸ ਵਗੈਰਾ ਜਾਂ ਨਿਊਡਲਸ ਵਗੈਰਾ। ਸਾਡੇ ਕੋਲ ਆਟੋ ਅਸੀਂ ਆਟੇ ਦੇ ਸਪੈਸ਼ਲ ਮੋਮੋਸ ਤਿਆਰ ਕਰਾ ਰਹੇ ਹਾਂ ਪਨੀਰ ਦੇ ਵਿੱਚ, ਉਹ ਭਰ ਕੇ ਸਬਜ਼ੀਆਂ ਜਿਹੜੀਆਂ ਹੈਗੀਆਂ ਵਾ ਹਰੀਆਂ ਸਬਜ਼ੀਆਂ ਭਰ ਕੇ ਸਪੈਸ਼ਲ ਆਪਾਂ ਕਰਵਾਏ ਆ ਤਿਆਰ, ਉਹ ਅਸੀਂ ਹੁਣ ਕਰਕੇ ਅਤੇ ਥੋੜ੍ਹਾ ਉਹ ਵੀ ਕਰਾਂਗੇ ਵਧੀਆ। ਕੁਐਸਚਨ ਮੇਰਾ ਕਿ ਸ਼ਹੀਦੀ ਦੇਗ ਵੀ ਵਰਤਾਈ ਜਾਂਦੀ ਇੱਥੇ? ਸ਼ਹੀਦੀ ਦੇਗਾਂ ਸਿਰਫ ਨਿਹੰਗ ਸਿੰਘਾਂ ਵਾਸਤੇ ਆ, ਵੇਚੀਆਂ ਨਹੀਂ ਜਾਂਦੀਆਂ ਉਹ, ਉਹ ਸਿਰਫ ਨਿਹੰਗ ਸਿੰਘ ਜਿਹੜੇ ਪ੍ਰਸ਼ਾਦ ਦੇ ਤੌਰ 'ਤੇ ਅਮਰਦਾਸ ਸਾਹਿਬ ਬਿੰਦਾ ਸੋਧ ਕੇ ਜਿਸ ਤਰ੍ਹਾਂ ਸਵੇਰੇ ਅੰਮ੍ਰਿਤ ਵੇਲੇ ਜਾਂ ਫਿਰ ਸ਼ਾਮ ਨੂੰ, ਉਹ ਬਸ ਨਿਹੰਗ ਸਿੰਘਾਂ ਨੂੰ ਹੋਰ ਕਿਸੇ ਨੂੰ ਨਹੀਂ ਛਕਾਈਆਂ ਜਾਂਦੀਆਂ, ਵੇਚੀਆਂ ਨਹੀਂ ਜਾਂਦੀਆਂ। ਧੰਨਵਾਦ ਜੀ। ਇਹ ਸਨ ਨਿਹੰਗ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜੀਆਂ ਸਰਦਾਈਆਂ ਹਨ ਉਹ ਜਿਹੜੀਆਂ ਸ਼ਹੀਦੀ ਦੇਗਾਂ ਹਨ ਉਹ ਵਰਤਾਈਆਂ ਨਹੀਂ ਜਾਂਦੀਆਂ, ਵੇਚੀਆਂ ਨਹੀਂ ਜਾਂਦੀਆਂ, ਉਹ ਵਰਤਾਈਆਂ ਜਾਂਦੀਆਂ ਹਨ। ਅਤੇ ਇਹਨਾਂ ਨੇ ਕਿਹਾ ਕਿ ਲੋਕ ਜਿਹੜੇ ਹਨ ਕੋਲਡ ਡਰਿੰਕ ਤੋਂ ਜਿਨ੍ਹਾਂ ਦਾ ਲੋਕਾਂ ਦਾ ਧਿਆਨ ਚੁੱਕਿਆ ਗਿਆ ਹੈ ਅਤੇ ਹੁਣ ਉਹ ਲੋਕ ਜਿਹੜੇ ਹਨ ਸ਼ਰਦਾਈ ਪੀਂਦੇ ਹਨ ਅਤੇ ਆਪਣੀ ਸਰੀਰ ਨੂੰ ਜਿਹੜੀ ਉਹ ਤਾਕਤ ਦਿੰਦੇ ਹਨ। ਤੁਸੀਂ ਜੁੜੇ ਅਜੀਤ ਵੈਬ ਟੀਵੀ ਦੇ ਨਾਲ, ਮੈਂ ਮਨਪ੍ਰੀਤ ਸਿੰਘ ਆਜ਼ਾਦ ਅੰਮ੍ਰਿਤਸਰ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।